ਗੁਰੂ ਸਾਹਿਬ ਦਾ ਵੱਡਾ ਅਸਰਾ ਲੈ ਕੇ, ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਕਾਗਜ਼ ਹਲਕਾ ਟਾਰੀ ਤੋਂ ਭਰੇ ਨੇ ਸੰਗਤਾਂ ਦੇ ਸਹਿਯੋਗ, ਸੰਗਤਾਂ ਦੇ ਨਾਲ ਪਿਆਰ ਅਤੇ ਸਤਿਕਾਰ ਸਦਕਾ ਉਹ ਭਰੇ ਨੇ, ਗੁਰੂ ਮਹਾਰਾਜ ਕਿਰਪਾ ਕਰਨਗੇ। ਬਾਕੀ ਜਿਹੜੀ ਮੁੱਦਾ ਵਿਕਾਸ ਹੈ ਸਾਡਾ ਰਿਕਾਰਡ ਜਿਹੜਾ ਅਰਥਾਂ 'ਚ ਹੋਇਆ, ਹਿੰਦੁਸਤਾਨ ਦੇ 29-30 ਸੂਬੇ ਨੇ ਤਕਰੀਬ, ਕਿਸੇ ਵੀ ਸੂਬੇ ਦੇ ਵਿੱਚ ਇੰਨਾ ਵਿਕਾਸ ਇੰਨੇ ਸਮੇਂ 'ਚ ਨਹੀਂ ਹੋਇਆ। ਦੇਸ਼ ਨੂੰ 70 ਸਾਲ ਯਾਦ ਹੋਇਆ ਨਹੀਂ ਹੋਗੇ, ਜੇ ਮੈਂ ਸਮਝਦਾ ਜਿੰਨੀ ਤੇਜ਼ੀ ਨਾਲ ਹੁਣ ਵਿਕਾਸ ਹੋਇਆ, ਜੇ ਇੰਨੀ ਤੇਜ਼ੀ ਨਾਲ ਕਿਤੇ ਸ਼ੁਰੂ ਤੋਂ ਹੁੰਦਾ ਰਹਿੰਦਾ, ਅਤੇ ਅੱਜ ਅਸੀਂ ਇਹਨਾਂ ਦੇ ਵਿਕਾਸ ਤੋਂ ਪਹਿਲਾਂ ਤਾਂ ਕੋਈ ਹੋਰ ਪਾਸੇ ਕਿਤੇ ਜਿਹੜੀਆਂ ਸਕੀਮਾਂ ਜਾਂਦੇ ਜਾਂ ਕੋਈ ਮੈਡੀਸਨ ਸਸਤੀਆਂ ਹੁੰਦੀਆਂ, ਵਿੱਦਿਆ ਸਸਤੀ ਹੁੰਦੀ, ਕੋਈ ਹੋਰ ਚੀਜ਼ਾਂ ਜਿਹੜੀਆਂ ਬਣਦੀਆਂ, ਔਰ ਸਾਡੇ ਕਰੀਬ 80% ਪਿੰਡਾਂ 'ਚ ਜਿਹੜਾ ਵਿਕਾਸ ਹੈ ਉਹ ਖਤਮ ਹੋ ਗਿਆ। ਅੱਜ ਨਵਜੋਤ ਸਿੰਘ ਸਿੱਧੂ, ਇਹ ਸਿੱਧੂ ਸਾਹਿਬ ਦੀ ਸੋਚ ਆ, ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ, ਉਦੋਂ ਕਾਂਗਰਸ ਦੇ ਖਿਲਾਫ਼ ਬੋਲਦੇ, ਅੱਜ ਹੁਣ ਅਕਾਲੀ ਦਲ ਦੇ, ਇਸ ਕਰਕੇ ਹੁਣ ਇਹ ਵਕਤ ਹੀ ਦੱਸੂਗਾ ਕੀ ਇਹ ਮਹਾਰਾਜ ਕਰੂਗਾ। ਇਹ ਉਹਨਾਂ ਦਾ ਸਤਿਕਾਰ ਕਰਦੇ ਹਾਂ, ਬਹੁਤ ਕਾਬਲ ਬਹੁਤ ਸਿਆਣੇ ਸੀ, ਪਰ ਪਤਾ ਨਹੀਂ ਕੀ ਕਹਿ ਲਓ ਸੀ ਉਹਨਾਂ ਨੂੰ, ਕਿਉਂ ਇਹੋ ਜਿਹਾ ਮੋੜ ਕੱਟਣਾ ਪਿਆ, ਇਹ ਤਾਂ ਸਿੱਧੂ ਸਾਹਿਬ ਹੀ ਦੱਸ ਸਕਦੇ ਆ। ਇਸ ਕਰਕੇ ਅੱਜ ਜੇ ਉਦੋਂ ਕਾਂਗਰਸ ਨੂੰ ਆਪਾਂ ਉਹ ਮਾੜੇ ਕਹਿੰਦੇ, ਅੱਜ ਜੇ ਉਹ ਅਕਾਲੀ ਦਲ ਨੂੰ ਜਾਂ ਬੀਜੇਪੀ ਨੂੰ ਕਹਿੰਦੇ ਆ, ਇਹ ਤਾਂ ਉਹੀ ਦੱਸ ਸਕਦੇ ਵੀ ਕਾਰਨ ਕੀ ਨਹੀਂ। ਅਸੀਂ ਮੈਂ ਇਹ ਸ਼ਬਦ ਕਦੀ ਕਿਸੇ ਨੂੰ ਵਰਤਦਾ ਨਹੀਂ, ਪਰ ਮੈਂ ਸਮਝਦਾ ਕਿ ਉਹ ਫੈਸਲਾ ਉਹਨਾਂ ਆਪ ਲਿਆ ਲੈ ਸਕਦੇ ਆ, ਡੈਮੋਕ੍ਰੇਸੀ ਆ ਸਾਡੇ ਉਹ ਸਤਿਕਾਰ ਜੋ ਗਿਆ, ਪਰ ਉਹ ਗਲਤ ਪਾਸੇ ਨੂੰ ਤੁਰ ਗਏ। ਪਰ ਉਹਦਾ ਫਰਕ ਪਏਗਾ ਕੋਈ ਅਕਾਲੀ ਦਲ ਨੂੰ? ਕੋਈ ਫਰਕ ਨਹੀਂ ਪੈਂਦਾ ਜੀ, ਕਈ ਇੱਥੇ ਚੱਲਦਾ ਰਹਿੰਦਾ ਕੰਮ, ਤੁਹਾਨੂੰ ਦੱਸਿਆ ਪਹਿਲਾਂ ਕਾਂਗਰਸ ਦੇ ਖਿਲਾਫ਼ ਹੀ ਅਸੀਂ ਬੋਲਦੇ ਨੇ, ਉਦੋਂ ਅੱਜ ਜੋ ਉਹਨਾਂ ਦੇ ਖਿਲਾਫ਼ ਲੋਕਾਂ ਜਿਹੜਾ ਉਦੋਂ ਚੰਗੇ ਤਾਂ ਅੱਜ ਮਾੜੇ ਕਿਸ ਤਰ੍ਹਾਂ ਹੋ ਗਏ।